ਕਿੰਨਾ ਘਾਟਾ ਮਹਿਸੂਸ ਕਰਦੇ ਹੋ ਬਾਦਲ ਸਾਹਿਬ ਦੇ ਚਲੇ ਜਾਂਦੇ? ਉਹਨਾਂ ਦਾ ਘਾਟਾ ਬਹੁਤ ਜ਼ਿਆਦਾ, ਅਸੀਂ ਘਾਟਾ ਪੂਰਾ ਨਹੀਂ ਕਰ ਸਕਦੇ। ਮਤਲਬ ਅੱਜ ਪਿਤਾ ਸਿਰ ਤੇ ਹੋਵੇ ਤੇ ਬੇਪਰਵਾਹੀਆਂ ਹੁੰਦੀਆਂ ਬੱਚਿਆਂ ਹੁੰਦੀਆਂ ਤਾਂ ਨਹੀਂ ਹੁੰਦੀਆਂ, ਤੇ ਹੁਣ ਪਿਤਾ ਹੀ ਨਹੀਂ ਅੱਜ। ਤੇ ਛੋਟੀ ਜਿਹੀ ਗੱਲ, ਮੇਰੇ ਲੂੰਗਣ ਨੇ ਖੜੇ ਹੋ ਗਏ ਲੱਤਾਂ, ਮੈਂ ਮਿਲ ਕੇ ਦੱਸ ਸਕਦੀ ਆਪਣੇ ਭਰਾ ਨੂੰ ਮੈਨੂੰ ਕਿੰਨਾ ਵੱਡਾ ਘਾਟਾ ਸਾਹਿਬ। ਬਾਦਲ ਸਾਹਿਬ ਨੂੰ ਆਖਰੀ, ਪਹਿਲਾਂ ਲੋਕ ਬੜਾ ਮੰਨਦੇ ਸੀ, ਆਖਰ ਦੇ ਵਿੱਚ ਚੋਣ ਹਾਰਨੀ ਪਈ, ਲੋਕ ਵਿਰੋਧ ਕਰਨ ਲੱਗ ਗਏ ਸੀ, ਕਹਿੰਦੇ ਬੇਅਦਬੀ ਦੀ ਘਟਨਾ ਹੋਈ, ਬਹੁਤ ਕੁਛ ਹੋਇਆ, ਬਾਦਲਾਂ ਨੇ ਨਸ਼ਾ ਲੈ ਕੇ ਆਉਂਦਾ ਪੰਜਾਬ 'ਚ, ਇਹੋ ਜਿਹੀ ਗੱਲਾਂ ਦੇ ਵਿਰੋਧ ਕਰਦੇ ਸੀ ਲੋਕ, ਜਿਹਨਾਂ ਕਰਕੇ ਬਾਦਲ ਆਖਰੀ ਸਾਲਾਂ ਦੇ ਵਿੱਚ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੈਂ ਇਹ ਕਹਾਂਗੀ, ਬਾਦਲ ਸਾਹਿਬ ਨਸ਼ਾ ਲੈ ਕੇ ਨਹੀਂ ਸੀ ਆਉਂਦੇ, ਨਸ਼ਾ ਲੈ ਕੇ ਹੁਣ ਭਗਵੰਤ ਸਾਹਿਬ ਆ ਰਹੇ ਨੇ। ਮੇਰਾ ਬਿਆਨ ਭਾਵੇਂ ਭਗਵੰਤ ਸਿੰਘ ਨੂੰ ਦੇ ਦਿਓ, ਮੈਨੂੰ ਕੋਈ ਡਰ ਨਹੀਂ ਹੈਗਾ ਭਗਵੰਤ ਸਾਹਿਬ, ਕਿਉਂ ਜਦੋਂ ਉਹਨੇ ਕਿਤੇ ਮੂੰਹ ਹੀ ਚਿਹਰਾ ਹੀ ਨਹੀਂ ਦਿਖਾਇਆ ਭਗਵੰਤ ਸਾਹਿਬ ਨੇ, ਸਾਨੂੰ ਡਰ ਕਾਹਦਾ? ਅਸੀਂ ਇਹਨੂੰ ਕੀ ਸਮਝਣੇ? ਦੂਜਾ ਵਿਆਹ ਕਰਾ ਲਿਆ ਜਿਹੜਾ ਆਪਣੀ ਜਨਾਨੀ ਦਾ ਨਹੀਂ ਬਣਿਆ, ਸਾਡਾ ਕਿੱਥੋਂ ਬਣ ਜਾਏਗਾ? ਉਹ ਉੱਥੇ ਰੋਂਡੀ ਬਾਹਰ ਅਮਰੀਕਾ 'ਚ, ਮੈਂ ਅਮਰੀਕਾ 'ਚੋਂ ਆਈ ਹਾਂ, ਅਤੇ ਇਹ ਇੱਥੇ ਰੋਂਡਿਆ ਚਿੱਟੀ ਚਾਦਰ ਲੈ ਕੇ ਲੱਗਾ ਫਿਰ ਚੁੰਨੀ ਦਵਾ ਕੇ ਨਾਲ ਸੈਲਾਂ ਕਰਦਾ ਫਿਰਦਾ ਇੱਥੇ। ਮੈਨੂੰ ਇੰਨਾ ਦੁੱਖ ਮਹਿਸੂਸ ਹੋਇਆ, ਮੈਂ ਕਿਹਾ ਪਿਤਾ ਦਾ ਘਾਟਾ ਕਿਤੇ ਲੱਭਦਾ ਨਹੀਂ ਹੁੰਦਾ, ਨਾ ਬੇਟੇ ਨੂੰ ਮਿਲਣਾ ਅਤੇ ਨਾ ਮੈਨੂੰ ਮਿਲਣਾ, ਅਸੀਂ ਦੋਵੇਂ ਭੈਣ ਭਰਾ ਜਾਂ ਨਾਥ ਹਾਂ। ਹੁਣ ਇੰਨੀ ਦੁਨੀਆਂ ਬੈਠੀ ਗਈ, ਉਹਨਾਂ ਤੋਂ ਬਿਨਾਂ ਵਿਹੜਾ ਚੰਗਾ ਲੱਗ ਰਿਹਾ ਤੁਹਾਨੂੰ? ਨਹੀਂ ਨਾ ਚੰਗਾ ਲੱਗ ਰਿਹਾ। ਜਦੋਂ ਇੱਥੇ ਬਾਦਲ ਸਾਹਿਬ ਕੁਰਸੀ ਚੇਅਰ 'ਤੇ ਬੈਠੇ ਹੁੰਦੇ ਨਾ, ਉਹਨਾਂ ਚੇਅਰ 'ਤੇ ਬੈਠਿਆਂ ਨਾਲ ਹੀ ਬਹੁਤ ਟੌਰ ਹੁੰਦੀ। ਬਾਦਲ ਪਿੰਡ ਆਉਣ ਤੱਕ ਸਾਰੇ ਰਸਤੇ ਵਿੱਚ ਇਹ ਨੋਟ ਕੀਤਾ, ਮਨੋ ਇਹੋ ਜਿਹਾ ਮੁੱਖ ਮੰਤਰੀ ਕੋਈ ਦੁਨੀਆਂ 'ਤੇ ਆਇਆ ਨਹੀਂ ਸੀ। ਹੁਣ ਭਗਵੰਤ ਸਾਹਿਬ ਹੈਗਾ, ਮੈਂ ਉਹਨੂੰ ਬਿਲਕੁਲ ਟੱਚ ਨਹੀਂ ਕਰ ਸਕਦੀ, ਮੈਨੂੰ ਅੱਛਾ ਹੀ ਨਹੀਂ ਲੱਗਦਾ ਭਗਵੰਤ ਸਾਹਿਬ, ਉਹਦੇ ਵਿੱਚ ਗੁਣ ਹੀ ਕੋਈ ਨਹੀਂ। ਪੰਜਾਬ ਪ੍ਰਥਮ ਦੇਖ ਰਹੇ ਹੋ ਤੁਸੀਂ, ਮੈਂ ਗੁਰਪਾਲ ਸਿੰਘ ਬਰਾੜ, ਪਿੰਡ ਬਾਦਲ ਵਿਖੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਘਰ ਦੇ ਵਿੱਚ ਮੌਜੂਦ ਹਾਂ। ਪ੍ਰਕਾਸ਼ ਸਿੰਘ ਬਾਦਲ ਦੁਨੀਆ ਤੋਂ ਰੁਖਸਤ ਹੋ ਗਏ ਨੇ, ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੀ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਰਿਸ਼ਤੇ ਦੇ ਵਿੱਚੋਂ ਭੈਣ ਲੱਗਦੇ ਨੇ, ਬੀਬੀ ਚਰਨਜੀਤ ਕੌਰ ਸਾਡੇ ਨਾਲ ਹਾਜ਼ਰ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬੀਬੀ ਜੀ, ਕਿੰਨਾ ਕੁ ਘਾਟਾ ਮਹਿਸੂਸ ਕਰਦੇ ਹੋ ਬਾਦਲ ਸਾਹਿਬ ਦੇ ਚਲੇ ਜਾਂਦੇ? ਉਹਨਾਂ ਦਾ ਘਾਟਾ ਬਹੁਤ ਜ਼ਿਆਦਾ, ਅਸੀਂ ਘਾਟਾ ਪੂਰਾ ਨਹੀਂ ਕਰ ਸਕਦੇ, ਠੀਕ ਹੈ। ਮਤਲਬ ਅੱਜ ਪਿਤਾ ਸਿਰ 'ਤੇ ਹੋਵੇ ਅਤੇ ਬੇਪਰਵਾਹੀਆਂ ਹੁੰਦੀਆਂ ਬੱਚਿਆਂ ਨੂੰ, ਹੁੰਦੀਆਂ ਤਾਂ ਨਹੀਂ ਹੁੰਦੀਆਂ, ਅਤੇ ਹੁਣ ਪਿਤਾ ਹੀ ਨਹੀਂ ਅੱਜ। ਅਤੇ ਛੋਟੀ ਜਿਹੀ ਗੱਲ, ਮੇਰੇ ਲੂੰਗਣ ਨੇ ਖੜੇ ਹੋ ਗਏ ਲੱਤਾਂ 'ਤੇ, ਮੈਂ ਮਿਲ ਕੇ ਦੱਸ ਸਕਦੀ ਆਪਣੇ ਭਰਾ ਨੂੰ ਮੈਨੂੰ ਕਿੰਨਾ ਵੱਡਾ ਘਾਟਾ ਸਾਹਿਬ ਪਿਤਾ ਸਾਹਿਬ ਦਾ। ਇੰਨੀ ਉਹ ਚੰਗੇ ਵਿਹਾਰ ਨਾਲ ਦੁਨੀਆਂ 'ਤੇ ਰਹਿ ਰਹੇ ਸੀ, ਚੰਗੇ ਕੰਮ ਕਰ ਰਹੇ ਸੀ। ਮੈਂ ਤੋੜ ਬਾਦਲ ਪਿੰਡ ਆਉਣ ਤੱਕ ਸਾਰੇ ਰਸਤੇ ਵਿੱਚ ਇਹ ਨੋਟ ਕੀਤਾ, ਮਨੋ ਇਹੋ ਜਿਹਾ ਮੁੱਖ ਮੰਤਰੀ ਕੋਈ ਦੁਨੀਆਂ 'ਤੇ ਆਇਆ ਨਹੀਂ ਸੀ ਹੈਗਾ। ਹੁਣ ਭਗਵੰਤ ਸਾਹਿਬ ਹੈਗਾ, ਮੈਂ ਉਹਨੂੰ ਬਿਲਕੁਲ ਟੱਚ ਨਹੀਂ ਕਰ ਸਕਦੀ, ਮੈਨੂੰ ਅੱਛਾ ਹੀ ਨਹੀਂ ਲੱਗਦਾ ਭਗਵੰਤ ਸਾਹਿਬ, ਉਹਦੇ ਵਿੱਚ ਗੁਣ ਹੀ ਕੋਈ ਨਹੀਂ, ਕਿਸੇ ਦੇ ਮੂੰਹ ਦਰੂ ਨਹੀਂ ਗਿਆ। ਅਸੀਂ ਬਾਬਾ ਕਸ਼ਮੀਰਾ ਸਿੰਘ ਨੂੰ ਮੰਨਦੇ ਹਾਂ, ਬਾਬਾ ਕਸ਼ਮੀਰਾ ਸਿੰਘ ਨੇ ਸਾਨੂੰ ਕਿਹਾ ਜੇ ਬਾਦਲ ਦੀ ਡੈਥ ਹੋ ਗਈ ਉੱਥੇ ਪਹੁੰਚੋ ਤੁਸੀਂ, ਅਸੀਂ ਸਾਰੇ ਆਏ ਹਾਂ ਤਣੀ ਬੰਨ ਕੇ, ਸਾਡੀਆਂ ਇੰਨੀਆਂ ਗੱਡੀਆਂ ਆਈਆਂ ਸੀ, ਮੈਂ ਇਕੱਲੀ ਰਾਤ ਰਹਿ ਗਈ, ਦੂਸਰੇ ਸਾਰੇ ਚਲੇ ਗਏ ਨੇ ਵਾਪਸ। ਮੈਨੂੰ ਇੰਨਾ ਦੁੱਖ ਮਹਿਸੂਸ ਹੋਇਆ, ਮੈਂ ਕਿਹਾ ਪਿਤਾ ਦਾ ਘਾਟਾ ਕਿਤੇ ਲੱਭਦਾ ਨਹੀਂ ਹੁੰਦਾ, ਨਾ ਬੇਟੇ ਨੂੰ ਮਿਲਣਾ ਅਤੇ ਨਾ ਮੈਨੂੰ ਮਿਲਣਾ, ਅਸੀਂ ਦੋਵੇਂ ਭੈਣ ਭਰਾ ਜਾਂ ਨਾਥ ਹਾਂ, ਨਾਥਾਂ ਵਾਂਗੂ ਅਸੀਂ ਬੈਠੇ ਹਾਂ ਅੱਜ। ਹੁਣ ਇੰਨੀ ਦੁਨੀਆਂ ਬੈਠੀ ਗਈ, ਉਹਨਾਂ ਤੋਂ ਬਿਨਾਂ ਵਿਹੜਾ ਚੰਗਾ ਲੱਗ ਰਿਹਾ ਤੁਹਾਨੂੰ? ਨਹੀਂ ਨਾ ਚੰਗਾ ਲੱਗ ਰਿਹਾ। ਜਦੋਂ ਇੱਥੇ ਬਾਦਲ ਸਾਹਿਬ ਕੁਰਸੀ ਚੇਅਰ 'ਤੇ ਬੈਠੇ ਹੁੰਦੇ ਨਾ, ਉਹਨਾਂ ਚੇਅਰ 'ਤੇ ਬੈਠਿਆਂ ਨਾਲ ਹੀ ਬਹੁਤ ਟੌਰ ਹੁੰਦੀ। ਹੁਣ ਬੇਟਾ ਦੇ ਅੰਦਰੋਂ ਨਹੀਂ ਨਾ ਨਿਕਲਿਆ, ਛੋਟੀ ਜਿਹੀ ਗੱਲ ਨਹੀਂ ਹੋ ਗਈ ਬੇਟਾ, ਅੱਜ ਇੰਨਾ ਘਾਟਾ ਅਸੀਂ ਮਹਿਸੂਸ ਕਰ ਰਹੇ ਨਾ ਆਪਣੇ ਆਪ ਨੂੰ, ਸਾਨੂੰ ਇੰਨਾ ਫੀਲ ਹੋ ਰਿਹਾ, ਸਾਨੂੰ ਮਤਲਬ ਕਿੰਨਾ ਜ਼ਿਆਦਾ ਫੀਲ ਹੋ ਰਿਹਾ ਹੈ। ਮਤਲਬ ਮਾਂ ਪਿਓ ਚੀਜ਼ ਕੀ ਹੁੰਦੇ ਮਹਾਰਾਜ ਜੀ, ਜਿਹੜੀ ਮਾਂ ਹੁੰਦੀ ਗੀ ਨਾ, ਮਾਂ ਜਿਹੜੀ ਰੱਬ ਦਾ ਰੂਪ ਹੁੰਦੀ ਗੀ, ਮਾਂ ਵਰਗਾ ਨਾਤਾ ਕਿਤੇ ਲੱਭਣਾ ਨਹੀਂ ਹੈਗਾ। ਅੱਜ ਪਿਓ ਸੀ ਅਤੇ ਪਿਓ ਤੋਂ ਵਾਂਝਾ ਹੋ ਗਏ ਮੇਰੇ ਬੇਟੇ ਸੁਖਬੀਰ ਸਿੰਘ ਬਾਦਲ ਸਿੰਘ, ਹੋ ਗਏ ਤਾਂ ਨਹੀਂ ਹੋ ਗਏ, ਅਤੇ ਇਹੋ ਜਿਹਾ ਨਾਤਾ ਕਿਤੇ ਲੱਭ ਘਾਟਾ ਪੂਰਾ ਹੋਣਾ ਹੀ ਨਹੀਂ ਬੇਟਾ। ਭਾਵੇਂ ਅਸੀਂ ਜਿੰਨਾ ਮਰਜ਼ੀ ਟੀਵੀਆਂ ਖਬਰਾਂ 'ਤੇ ਜਿੱਥੇ ਮਰਜ਼ੀ ਅਸੀਂ ਆਈਏ, ਜੋ ਘਾਟਾ ਪੈ ਗਿਆ ਬਾਦਲ ਸਾਹਿਬ ਦਾ ਕਿਤੇ ਪੂਰਾ ਨਹੀਂ ਹੋਣਾ। ਬਾਦਲ ਸਾਹਿਬ ਨੂੰ ਆਖਰੀ, ਪਹਿਲਾਂ ਲੋਕ ਬੜਾ ਮੰਨਦੇ ਸੀ, ਆਖਰ ਦੇ ਵਿੱਚ ਚੋਣ ਹਾਰਨੀ ਪਈ, ਲੋਕ ਵਿਰੋਧ ਕਰਨ ਲੱਗ ਗਏ ਸੀ, ਕਹਿੰਦੇ ਬੇਅਦਬੀ ਦੀ ਘਟਨਾ ਹੋਈ, ਬਹੁਤ ਕੁਛ ਹੋਇਆ, ਬਾਦਲਾਂ ਨੇ ਨਸ਼ਾ ਲੈ ਕੇ ਆਉਂਦਾ ਪੰਜਾਬ 'ਚ, ਇਹੋ ਜਿਹੀ ਗੱਲਾਂ ਦੇ ਵਿਰੋਧ ਕਰਦੇ ਸੀ ਲੋਕ, ਜਿਹਨਾਂ ਕਰਕੇ ਬਾਦਲ ਆਖਰੀ ਸਾਲਾਂ ਦੇ ਵਿੱਚ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਂਜੀ,
मैं ये कहूँगी बादल साहब नशा लैके नहीं सी आते, नशा लैके हूँ भगवंत साहब आ रहे हैं। मेरा बयान भावे भगवंत सिंह दे दौ, मैं कोई डर नहीं है भगवंत साहब, क्यों जरों उन्हें कितने मूँह ही चेहरा ही नहीं दिखाया भगवंत साहब ने, सानू डर का था। असी तो बोलना है, खबरों में भी बोलेंगे, घर बैठ के भी बोलेंगे, अजे तक उन्हें सानू अपनी शक्ल नहीं दिखाई। बादल साहब न जिथे कहते बादल साहब उत्थे पहुँचते, इन्नी उन्होंने शक्ति है कि इन्ने ब शरीर से बड़ेपे आने बजाद फिर भी वो उत्थे पहुँचते बादल सिंह। ये क्यों नहीं गया भगवंत सिंह? अज चिट्टी चुनी लैके घरवाली इतने लियाया, मैं पता लग गया अज मैं देखिया भगवंत इतने आया से भगवंत सिंह, मतलब होर नहीं कितने जा सकता। वोटा सारी दुनिया ने वोटा असी दित्तियां, ये क्यों नहीं साड़ी केयर कर रहे? साढ़े किधरे गेड़ा नहीं मारिया, किधरे राउंड नहीं कढ़िया, इहदा फायदा बनता तो नहीं जाना साढ़े पास? ਤੁਸੀਂ ਵੀ ਮਾਨ ਸਾਹਿਬ ਨੂੰ ਵੋਟਾਂ ਪਾਈਆਂ? ਹਾਂ ਅਸੀਂ ਮਾਨ ਸਾਹਿਬ ਨੂੰ ਵੋਟਾਂ ਪਾਈਆਂ। ਨਾਲੇ ਤੁਸੀਂ ਬਾਦਲ ਸਾਹਿਬ ਦੇ ਰਿਸ਼ਤੇਦਾਰ? ਬਾਦਲ ਸਾਹਿਬ ਦੇ ਰਿਸ਼ਤੇਦਾਰ ਆ, ਫਿਰ ਅਸੀਂ ਖੜਿਆਂ ਕੀਤਾ ਨਾ ਇਹਨੂੰ, ਜਦ ਬਾਦਲ ਸਾਹਿਬ ਸਾਡੇ ਕਿਹਾ ਮਨੋ ਅਸੀਂ ਤਾਂ ਸੁਖਬੀਰ ਸਾਹਿਬ ਨੂੰ ਖੜਿਆਂ ਕਰਨਾ ਸੀ, ਹੁਣ ਵੀ ਅਸੀਂ ਸੁਖਬੀਰ ਸਾਹਿਬ ਹੀ ਖੜਿਆਂ ਕਰਨਾ। ਬਸ ਇਹ ਕਿੰਨੇ ਕੁ ਦਿਨ ਕਰ ਲਿਆ ਗਾ ਰਾਜ? ਕੋਈ ਰਾਜ ਨਹੀਂ ਕਰ ਸਕਦਾ। ਜਿਹੜਾ ਬੰਦਾ ਕਿਸੇ ਲੜਕੀ ਦੀ ਗੱਲ ਨਹੀਂ ਸੁਣਦਾ, ਲੜਕੀ ਦੀ ਭਾਵਨਾ ਨੂੰ ਸਮਝਦਾ ਨਹੀਂ, ਉਹ ਕਦੀ ਬੰਦਾ ਨਹੀਂ, ਇਨਸਾਨ ਨਹੀਂ ਹੁੰਦਾ। ਅਸੀਂ ਇਨਸਾਨੀਅਤ ਤੌਰ 'ਤੇ ਅਸੀਂ ਗੱਲ ਕਰ ਰਹੇ ਹਾਂ, ਬੇਸ਼ੱਕ ਉਹ ਸਾਰੀਆਂ ਖਬਰਾਂ ਉਹਨੂੰ ਪਹੁੰਚ ਜਾਣੀਆਂ ਨੇ। ਮੈਂ ਚੋਰੀ ਨਹੀਂ ਗੱਲ ਕਰ ਰਹੀ, ਮੇਰਾ ਨਾਤਾ ਇਹਨਾਂ ਨਾਲ ਹੈਗਾ, ਮੇਰੀਆਂ ਗੱਲਾਂ ਸੁਣੇਗਾ, ਉਹਨੂੰ ਪਤਾ ਲੱਗ ਜਾਣਾ। ਹੁਣ ਉਹਨਾਂ ਦਾ ਮੈਂਬਰ ਬੋਲ ਰਿਹਾ, ਬਾਦਲ ਸਾਹਿਬ ਦਾ ਮੈਂਬਰ ਬੋਲਣ ਡਿਆ, ਸਾਰਾ ਉਹਨੂੰ ਪਤਾ ਲੱਗ ਜਾਣਾ ਮੇਰੀਆਂ ਗੱਲਾਂ ਤੋਂ। ਨਾਲੇ ਆਪਾਂ ਡਰ ਕੇ ਥੋੜ੍ਹਾ ਬੋਲਣਾ ਹੈਗਾ, ਡਰ ਕਰਦਾ ਸਾਨੂੰ ਕਦਾ ਡਰ? ਸਾਡਾ ਮੁੱਖ ਮੰਤਰੀ ਬਾਦਲ ਸਿੰਘ ਹੈ, ਬਾਦਲ ਹੀ ਰਹਿਣਾ, ਅਸੀਂ ਇਹਨੂੰ ਕੀ ਸਮਝਣੇ? ਦੂਜਾ ਵਿਆਹ ਕਰਾ ਲਿਆ, ਜਿਹੜਾ ਆਪਣੀ ਜਨਾਨੀ ਦਾ ਨਹੀਂ ਬਣਿਆ ਸਾਡਾ ਕਿੱਥੋਂ ਬਣ ਜਾਏਗਾ? ਉਹ ਉੱਥੇ ਰੋਣ ਡਈ ਬਾਹਰ ਅਮਰੀਕਾ 'ਚ, ਮੈਂ ਅਮਰੀਕਾ 'ਚੋਂ ਆਈ ਹਾਂ, ਅਤੇ ਇਹ ਇੱਥੇ ਰੋਣ ਡਿਆ, ਚਿੱਟੀ ਚਾਦਰ ਲੈ ਕੇ ਲੱਗਾ ਫਿਰਦਾ, ਚੁੰਨੀ ਦਵਾ ਕੇ ਉਹਨੂੰ ਨਾਲ, ਸੈਲਾਂ ਕਰਦਾ ਫਿਰਦਾ ਇੱਥੇ। ਇਹਦਾ ਫਰਜ਼ ਨਹੀਂ ਹੈਗਾ ਦੁਨੀਆ ਜਨਤਾ ਦੀ ਗੱਲ ਸੁਣੇ? ਇਹਨੂੰ ਗੱਲ ਸੁਣਨੀ ਚਾਹੀਦੀ ਜਨਤਾ ਵਿੱਚ। ਜਦੋਂ ਸਾਡਾ ਤਾਂ ਬਾਦਲ ਸੀ, ਅਸੀਂ ਬਾਦਲ ਨਾਲ ਹੀ ਰਹਿਣਾ, ਜਿੰਨਾ ਮਰਜ਼ੀ ਇਹ ਬਣ ਜਾਏ ਮੁੱਖ ਮੰਤਰੀ ਬਣ ਜਾਏ, ਅਸੀਂ ਇਹਨੂੰ ਮੰਨਣਾ ਨਹੀਂ ਹੈਗਾ, ਜਿੱਥੇ ਮਰਜ਼ੀ ਲਗਾ ਫਿਰੇ। ਅਸੀਂ ਇੱਕੋ ਬਾਦਲ ਸੀਗਾ, ਬਾਦਲ ਬਣੇ, ਹੁਣ ਵੀ ਸੁਖਬੀਰ ਨੂੰ ਖੜਿਆਂ ਕਰਨਾ ਵੋਟਾਂ 'ਚ। ਇਸ ਕਈ ਲੋਕ ਕਹਿੰਦੇ ਵੀ ਪ੍ਰਕਾਸ਼ ਬਾਦਲ ਜੋ ਜਿੰਨਾ ਕਿਰਦਾਰ ਸੀਗਾ ਉਹਨਾਂ ਦਾ, ਉਹ ਸੁਖਬੀਰ ਬਾਦਲ ਉਹ ਜਿਹੀ ਚੀਜ਼ ਨਹੀਂ ਬਣ ਸਕਦੇ? ਨਹੀਂ, ਬਣ ਕੇ ਨਹੀਂ ਸਕਦੇ, ਇਹ ਤਾਂ ਪਿਤਾ ਵਰਗੇ ਬਣਨਗੇ। ਪਿਤਾ ਅਤੇ ਸਿਆਣੇ ਕਹਿੰਦੇ ਨਾ ਬਾਪ ਕ ਪਰ ਕਿਸ ਤਰ੍ਹਾਂ ਬੋਲਦੇ ਨੇ, ਮੈਨੂੰ ਥੋੜ੍ਹਾ ਜਿਹਾ ਭੁੱਲ ਗਿਆ। ਮਨੋ ਜਿਹੜਾ ਬੱਚਾ ਹੁੰਦਾ ਨਾ ਆਪਣੇ ਪਿਤਾ 'ਤੇ ਹੀ ਚੱਲਦਾ, ਪਿਤਾ ਦੇ ਜਿਵੇਂ ਪਿਤਾ ਦੇ ਪੂਰਨੇ ਪਾਏ ਹੁੰਦੇ ਨੇ, ਉਹਨਾਂ ਪੂਰਨਿਆਂ 'ਤੇ ਬੱਚਾ ਪਾਸ ਹੁੰਦਾ, ਸਮਝੇ? ਇਹ ਬਾਦਲ, ਇਹ ਬਾਦਲ ਨਾਲੋਂ ਵੀ ਸਭ ਵਧੀਆ ਬਣਨਗੇ ਬੱਚੇ, ਅੱਜ ਕੱਲ੍ਹ ਦੀ ਪੀੜ੍ਹੀ ਬਹੁਤ ਅੱਗੇ ਜਾ ਰਹੀ, ਸਮਝੇ ਮੇਰੀ ਗੱਲ? ਹਾਂਜੀ, ਸ਼ੁਕਰੀਆ ਜੀ। ਸੋ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਣ ਦੇ ਘਰ ਦੇ ਵਿੱਚ ਮੌਜੂਦ ਹਾਂ, ਔਰ ਇੱਥੇ ਹੀ ਜੋ ਲੋਕ ਨੇ ਉਹਨਾਂ ਨੂੰ ਦਿਲੋਂ ਦੁੱਖ ਹੈ ਪ੍ਰਕਾਸ਼ ਸਿੰਘ ਬਾਦਲ ਹੋਣ ਦੇ ਚਲੇ ਜਾਣ ਦਾ, ਔਰ ਉਹਨਾਂ ਦਾ ਕਹਿਣਾ ਕਿ ਸੁਖਬੀਰ ਬਾਦਲ ਤੋਂ ਹੁਣ ਉਮੀਦਾਂ ਨੇ ਕਿ ਅਕਾਲੀ ਦਲ ਪਾਰਟੀ ਨੂੰ ਉਹ ਸੰਭਾਲਣਗੇ, ਪਰਿਵਾਰ ਨੂੰ ਸੰਭਾਲਣਗੇ ਅਤੇ ਪ੍ਰਕਾਸ਼ ਸਿੰਘ ਬਾਦਲ ਵਾਂਗ ਤਰੱਕੀ ਕਰਨਗੇ।